ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁਖੀ ਸਰਵਨ ਸਿੰਘ ਪੰਦੇੜ ਨੇ ਸ਼ੰਭੂ ਬਾਡਰ ਤੇ ਸਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਦਿੱਲੀ ਵੱਲ ਕੂਚਕਰਨ ਸੰਬੰਧ ਮਾਰਚ 2 ਦਿਨਾਂ ਲਈ ਰੋਕ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਭਵਿਕ ਦੇ ਰਣਨੀਤੀ ਦਾ ਐਲਾਨ 2 ਦਿਨਾਂ ਬਾਅਦ ਕੀਤਾ ਜਾਵੇਗਾ ਅਗਲੇ ਦੋਵਾਂ ਦਿਨਾਂ ਸਪਸ਼ਟ ਕਰਾਂਗੇ ਅਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਜਾ ਲੈ ਦੋ ਦਿਨ ਦਿੱਲੀ ਕੂਚ ਵਾਲੇ ਮਸਲੇ ਤੇ ਸਟੇ ਹੋਊਗਾ ਠੀਕ ਆ ਉਹਦੇ ਵਿੱਚ ਗਾਂਹਾਂ ਕੀ ਫੈਸਲਾ ਹੈ ਨਾ ਧਿਆਨ ਕਿਸਾਨਾਂ ਨੂੰ ਗੁਰਨਾਮ ਸਿੰਘ ਚੰਡਿਉਣੀ ਨੇ ਵੀ ਕਿਸਾਨਾਂ ਨੂੰ ਦਿੱਲੀ ਕੂਚ 2 ਦਿਨ ਅੱਗੇ ਪਾਉਂਦੀ ਅਪੀਲ ਕੀਤੀ ਹੈ